ਕਦੇ ਮਿਰਜਾ ਉਹਨਾਂ ਮਰਨ ਲੱਗਾ ਔਖਣ ਹੋਇਆ ਜਿੰਨਾ ਗਾਉਣ ਲੱਗੇ ਹੋਣਾ ਮੈਂ ਹੁਣ ਮਰਨ ਲੱਗਾ ਤੇ ਪਤਾ ਨੀ ਮਿਰਜੇ ਨੂੰ ਕਿੱਦਾਂ ਮਾਰਿਆ ਉਹਨਾਂ ਦੇਖੋ ਵੀ ਜਦੋਂ ਕਿਸੇ ਦੀ ਧੀ ਭੈਣ ਨੂੰ ਛੇੜੋਗੇ ਅਗਲਾ ਮਾਰੂਗਾ ਇਹੋ ਕੁਝ ਮਿਰਜੇ ਨੂੰ ਹੋਇਆ ਸਹਿਬਾ ਵਾਜਾਂ ਮਾਰਦੀ ਕਹਿੰਦੀ ਉੱਠ ਖਾਂ ਸਹਿਬਾ ਨੇ ਮੌਕਾ ਦਿੱਤਾ ਕਹਿੰਦੀ ਮਿਰਜਾ ਉੱਠ ਚੱਲੀਏ ਪਰ ਮਿਰਜਾ ਉਹ ਜੱਟ ਮੱਤ ਕਹਿੰਦਾ ਕੋਈ ਗੱਲ ਨਹੀਂ ਵੇਖ ਲਾਂਗੇ ਆਂਦਾ ਮੈਂ ਤੇ ਦੂਰੋਂ ਹੀ ਵਿੰਨ ਦੇਣੇ ਆ ਉਹਨੂੰ ਲੱਗਾ ਵੀ ਇਹਨੇ ਮੇਰੇ ਭਾਈਆਂ ਨੂੰ ਮਾਰ ਦੇਣਾ ਸਹਿਬ ਆਪਣੀ ਜਗ੍ਹਾ ਠੀਕ ਸੀ ਬਾਪੂ ਅਮਰ ਸਿੰਘ ਸ਼ੌਂਕੀ ਇੱਕੋ ਇੱਕ ਐਸਾ ਕਵੀ ਹੋਇਆ ਐਸਾ ਕਵੀਸ਼ਰ ਹੋਇਆ ਜਿਹਨੇ ਸਹਿਬਾਂ ਦੇ ਹੱਕ 'ਚ ਗੱਲ ਲਿਖੀ ਬਾਕੀ ਬਹੁਤ ਸਾਰੇ ਕਵੀਕਾਰਾਂ ਕਿੱਸਾਕਾਰਾਂ ਗੀਤਕਾਰਾਂ ਨੇ ਸਹਿਬਾਂ ਨੂੰ ਮਾੜਾ ਗਿਆ ਉਹਨਾਂ ਕਿਹਾ ਕਿ ਸਹਿਬਾਂ ਮਾੜੀ ਸੀ ਬਾਪੂ ਅਮਰ ਸਿੰਘ ਸ਼ੌਂਕੀ ਲਿਖਦਾ ਸਹਿਬਾ ਵਾਜਾਂ ਮਾਰਦੀ ਕਹਿੰਦੀ ਉੱਠ ਖਾਂ ਮਿਰਜ਼ਿਆ ਯਾਰ ਵੇ ਫੇ ਤੂੰ ਹੇਠਾਂ ਜੰਡ ਦੇ ਸੌ ਗਿਆ ਤੈਨੂੰ ਸੁੱਤੇ ਨੂੰ ਖਬਰ ਨਾ ਸਾਰਵੇ ਬੇ ਚੱਲ ਪੇ
ਜਿਹੜੀ ਮਾਂ ਕੋ ਗਈ, ਮੇਰੀ ਜਿਹੜੀ ਬੱਗੀ ਨੇ, ਮੇਰੀ ਜਿਹੜੀ ਮਾਂ ਦੀ ਵਾਰਤਾਲਾਪ ਜਾਂਦੇ ਜਾਂਦੇ ਦੋ ਤਿੰਨ ਮਿੰਟ ਰੱਬ ਤੁਹਾਨੂੰ ਰਾਜੀ ਰੱਖੇ, ਰੱਬ ਚੜ੍ਹਦੀ ਕਲਾ 'ਚ ਰੱਖੇ, ਸੁਣ ਕੇ ਮੇਰੀ ਜਿਹੜੀ ਬੱਗੀ ਜਦੋਂ ਪਹੁੰਚਦੀ ਸਾਰੇ ਰਾਜੀ ਰੱਖੇ, ਚੜ੍ਹਦੀਆਂ ਗੱਲਾਂ 'ਚ ਰਹੋ, ਖੁਸ਼ ਰਹੋ, ਆਬਾਦ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂਦੇ ਵਾ, ਬਹੁਤ ਬਹੁਤ ਮਿਹਰਬਾਨੀ ਰਣਜੀਤ ਬਾਬਾ ਦੇ ਨਾਂ 'ਤੇ ਇੱਕ ਵਾਰੀ ਫਿਰ ਜ਼ੋਰਦਾਰ ਤਾੜੀਆਂ ਪਲੀਜ਼। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਦਾਰਾ ਰੈਡ ਐਫ ਐਮ ਅਤੇ ਸਮੁੱਚੇ ਸਟਾਫ ਵੱਲੋਂ, ਸਾਡੇ ਸਪੋਂਸਰਸ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ, ਮੁਬਾਰਕਾਂ ਹੋਣ। ਦੁਆ ਕਰਦੇ ਹਾਂ ਕਿ ਦੀਵਾਲੀ, ਇਹ ਬੰਦੀ ਛੋੜ ਦਿਵਸ ਆਪ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ। ਹੱਸਦੇ ਰਹੋ, ਵੱਸਦੇ ਰਹੋ, ਫਿਰ ਮਿਲਦੇ ਹਾਂ। ਬਹੁਤ ਬਹੁਤ ਧੰਨਵਾਦ।